ਜੋ ਸਾਡੀ ਸਮੱਸਿਆ ਹੈ ਬਿਜਲੀ ਦੀਆਂ ਤਾਰਾਂ, ਜੋ ਅਸੀਂ ਜ਼ਿਮੀਂਦਾਰ ਬੰਦੇ ਆ, ਟਰੈਕਟਰ ਲੰਘਦਾ ਟੱਪਦਾ, ਤਾਰਾਂ ਬਿਲਕੁਲ ਟਰੈਕਟਰ ਨਾਲ ਟੱਚ ਹੋ ਜਾਂਦੀਆਂ ਜੀ। ਟੱਚ ਹੋਣ ਦੇ ਬਾਵਜੂਦ ਇੱਕ ਵਾਰੀ ਇੱਥੇ ਅੱਗ ਵੀ ਪੈ ਗਈ ਤੀ ਜੀ, ਟਰੈਕਟਰ ਲੰਘਾਉਣ ਲੱਗੇ ਸੀ, ਉੱਪਰ ਘਾਹ ਲੱਦਿਆ ਵਾ ਤਾ ਜੀ, ਉਹ ਚਿੰਗਾੜੇ ਛੋਟੇ ਅੱਗ ਪੈ ਗਈ ਤੀ। ਕਿਸੇ ਵੀ ਟਾਈਮ ਕੋਈ ਵੀ ਹਾਦਸਾ ਹੋ ਸਕਦਾ ਜੀ। ਸਾਡੇ ਬਿਜਲੀ ਸਮੱਸਿਆ ਜੀ, ਅੱਧੇ ਪੋਲ ਸਮਿਟਡ ਹੈ ਜੀ, ਅੱਧੇ ਲੋਹੇ ਦੇ ਲਾਏ ਵੀ ਜੀ, ਉੱਪਰ ਜੋ ਜਲੋਰੀ ਨੂੰ ਲੈਣ ਗਈ ਵੀ ਜੀ, ਅੱਧੇ ਸਮਿਟਡ ਹੈ ਜੀ, ਅੱਧੇ ਉੱਪਰ ਲੋਹੇ ਦੇ ਲਾਏ ਵੀ ਜੀ, ਔਰ ਤਾਰਾਂ ਨੂੰ ਲਾਈਆਂ ਵਾ, ਸਾਰੀਆਂ ਤਾਰਾਂ ਦਾ ਅਗਲਾ ਪਰਸੋਂ ਬਿਜਲੀ ਵਾਲਾ ਬਦਲਾ ਕੇ ਜੀ, ਉਹ ਤਾਰ 30 ਦਿਨ ਗਠਾਈ ਜੀ। ਉਹ ਕੋਈ ਵੀ ਹਾਦਸੇ ਉੱਥੇ ਕਦੇ ਵੀ ਹੋ ਸਕਦੇ ਜੀ। ਔਰ ਵਿੱਚ ਵਿੱਚ ਦਾ ਇਹੀ ਹਾਲਤ ਹੈ ਜੀ, ਉਹਨੇ ਆਪਣੇ ਬਾਂਸ ਦੇ ਡੰਡੇ ਲੈ ਕੇ ਉਹ ਲਾਏ ਹੋਏ ਬਿਜਲੀ ਵਾਲਿਆਂ ਨੇ ਵਿੱਚ, ਤਾਂ ਤਾਰਾਂ ਅਟਕਾਈਆਂ ਜੀ ਉੱਪਰ ਜਾ ਕੇ ਜੀ। ਜਲੋਰੀ ਇਹ ਸਥਿਤੀ ਹੈ ਜੀ, ਕੋਈ ਮਤਲਬ ਇੱਕ ਵਾਰੀ ਜੇ ਤਾਰ ਛੁੱਟੀ ਜੀ, ਕੋਈ ਜਾਨਵਰ ਜਾਂ ਕੋਈ ਆਦਮੀ, ਕੋਈ ਵੀ ਬੜਾ ਹਾਦਸਾ ਵਿੱਚ ਹੋ ਸਕਦਾ ਜੀ।